ਕਿਸਾਨਾਂ ਦੇ ਲਈ ਮੁਸ਼ਕਲਾਂ ਕਹਿੰਦੇ ਕਦੇ ਵੀ ਘੱਟ ਨਹੀਂ ਹੁੰਦੀਆਂ। ਹੁਣ ਮੁਸ਼ਕਲ ਦੇ ਵਿੱਚ ਨੇ ਮਾਲਵੇ ਦੇ ਮਾਨਸਾ ਜ਼ਿਲ੍ਹੇ ਦੇ ਕਿਸਾਨ। ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਤੇ ਬਣਾਵਾਲੀ ਤੇ ਇਸਦੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਹੈ, ਜਾਣਕਾਰੀ ਦਿੱਤੀ ਹੈ ਕਿ ਇੱਥੇ ਜਿਹੜਾ ਇੱਕ ਥਰਮਲ ਪਾਵਰ ਪਲਾਂਟ ਬਣਿਆ ਹੋਇਆ ਹੈ, ਜਿਸ ਨੂੰ ਤਲਵੰਡੀ ਸਾਬੋ ਵੀ ਪਾਵਰ ਪਲਾਂਟ ਵੀ ਕਹਿੰਦੇ ਨੇ, ਬਣਵਾਲਾ ਪਾਵਰ ਪਲਾਂਟ ਵੀ ਕਹਿੰਦੇ ਨੇ, ਕਿਉਂਕਿ ਬਣਾਵਾਲਾ ਅਤੇ ਰਾਏਪੁਰ ਪਿੰਡਾਂ ਦੀ ਸਾਂਝੀ ਜ਼ਮੀਨ ਦੇ ਵਿੱਚ ਬਣਿਆ ਹੋਇਆ। ਕਿਸਾਨਾਂ ਦਾ ਜਿਹੜਾ ਸ਼ਿਕਵਾ ਇਹ ਹੈ, ਕਿਸਾਨਾਂ ਦੀ ਸ਼ਿਕਾਇਤ ਇਹ ਹੈ ਕਿ ਇਸ ਪਾਵਰ ਪਲਾਂਟ ਦੇ ਵਿੱਚੋਂ ਸਵਾਹ ਹੈ ਜਿਹੜੀ ਉੱਡ ਕੇ ਉਹਨਾਂ ਦੀ ਨਰਮੇ ਦੀ ਫਸਲ 'ਤੇ ਡਿੱਗੀ ਅਤੇ ਸਾਰੀ ਨਰਮੇ ਦੀ ਫਸਲ ਬਰਬਾਦ ਹੋ ਗਈ। ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜਿਹੜੀਆਂ ਉਹਨਾਂ ਕਿਸਾਨਾਂ ਨੇ ਸਾਨੂੰ ਭੇਜੀਆਂ ਨੇ। ਪਿੰਡ ਰਾਏਪੁਰ ਦੇ ਕਿਸਾਨ ਨਾਰ ਸਿੰਘ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ, ਜਿਨ੍ਹਾਂ ਦੀ ਆਪਣੀ ਅਤੇ ਆਪਣੇ ਭਰਾਵਾਂ ਦੀ ਜਿਹੜੀ ਜ਼ਮੀਨ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਮੱਚ ਗਈ ਹੈ। ਨਰਮੇ ਦੀ ਫਸਲ ਬੀਜੇ ਨੂੰ ਥੋੜ੍ਹੇ ਦਿਨ ਹੀ ਹੋਏ ਨੇ, ਹਲੇ ਨਰਮੇ ਦੀ ਫਸਲ ਨੇ ਅੱਗੇ ਜਵਾਨ ਹੋਣਾ ਸੀ ਅਤੇ ਫਿਰ ਉਸ ਫਸਲ ਨੂੰ ਬੂਰ ਪੈਣਾ ਸੀ, ਪਰ ਇਹ ਪਹਿਲਾਂ ਹੀ ਮੱਚ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਥਰਮਲ ਪਾਵਰ ਪਲਾਂਟ ਦੇ ਵਿੱਚ ਜਿਸ ਦਿਨ ਬਹੁਤ ਤੂਫਾਨ ਆਇਆ ਪੰਜਾਬ ਦੇ ਵਿੱਚ, ਤਾਂ ਉਸ ਪਾਵਰ ਪਲਾਂਟ ਦੇ ਵਿੱਚੋਂ ਕੋਲੇ ਦੀ ਸਵਾਹ ਉੱਡ ਕੇ ਉਹਨਾਂ ਦੇ ਖੇਤਾਂ ਵਿੱਚ ਡਿੱਗੀ। ਜੇ ਉਹਦੇ ਉੱਤੇ ਮੀਂਹ ਪੈ ਜਾਂਦਾ ਤਾਂ ਸ਼ਾਇਦ ਬਚਾਅ ਹੋ ਜਾਂਦਾ, ਪਰ ਮੀਂਹ ਨਾ ਪੈਣ ਕਰਕੇ ਉਸ ਸਵਾਹ ਨੇ ਨਰਮੇ ਦੇ ਸਾਰੇ ਪੱਤੇ ਮਚਾ ਦਿੱਤੇ ਨੇ, ਇੱਥੋਂ ਤੱਕ ਕਿ ਜੜ੍ਹਾਂ ਤੱਕ ਵੀ ਅਸਰ ਕੀਤਾ ਹੈ। ਹੁਣ ਉਹਨਾਂ ਨੂੰ ਦੁਬਾਰਾ ਫਿਰ ਉਨਾ ਖਰਚਾ ਜਿਹੜਾ ਬੀਜ ਦੇ ਉੱਤੇ ਅਤੇ ਪਾਣੀ ਲਾਉਣ ਦੇ ਉੱਤੇ, ਡੀਜ਼ਲ ਦੇ ਉੱਤੇ ਅਤੇ ਇਸ ਦੇ ਨਾਲ ਜਿਹੜੀ ਲੇਬਰ ਹੈ ਉਹਦੇ ਉੱਤੇ ਸਾਰਾ ਖਰਚਾ ਕਰਨਾ ਪਊਗਾ। ਕਿਸਾਨਾਂ ਦੀ ਮੰਗ ਹੈ ਕਿ ਸਾਨੂੰ ਥਰਮਲ ਪਾਵਰ ਪਲਾਂਟ ਤੋਂ ਮੁਆਵਜ਼ਾ ਦਿਵਾਇਆ ਜਾਵੇ। ਸੋ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜ਼ਰੂਰ ਇਹਨਾਂ ਕਿਸਾਨਾਂ ਦੀ ਗੱਲ ਹੈ ਜਿਹੜੀ ਸੁਣੀ ਜਾਵੇ, ਕਿਉਂਕਿ ਇਹ ਫੈਕਟ ਹੈ ਕਿ ਸਰਕਾਰਾਂ ਕਿਸਾਨਾਂ ਦੀ ਮਰੀ ਜ਼ਮੀਨ ਦਾ ਮੁਆਵਜ਼ਾ ਉਦੋਂ ਦਿੰਦੀਆਂ ਨੇ ਜਦੋਂ ਫਸਲ ਪੱਕ ਚੁੱਕੀ ਹੁੰਦੀ ਹੈ, ਕਿਉਂਕਿ ਇਹ ਫੈਕਟ ਹੈ ਕਿ ਸਰਕਾਰਾਂ ਕਿਸਾਨਾਂ ਦੀ ਫਸਲ ਦਾ ਮੁਆਵਜ਼ਾ ਉਦੋਂ ਦਿੰਦੀਆਂ ਨੇ ਜਦੋਂ ਕੁਦਰਤੀ ਆਫਤ ਕਰਕੇ ਪੱਕੀਆਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਉਹਨਾਂ ਦਾ ਨੁਕਸਾਨ ਹੋ ਜਾਵੇ, ਕੁਛ ਵੀ ਨਾ ਬਚੇ। ਜਦੋਂ ਬਿਲਕੁਲ ਹੀ ਸ਼ੁਰੂਆਤ ਹੁੰਦੀ ਹੈ ਫਸਲ ਬੀਜੀ ਦੀ, ਫਸਲ ਨੂੰ ਥੋੜ੍ਹਾ ਸਮਾਂ ਹੀ ਹੋਇਆ ਹੁੰਦਾ ਫਸਲ ਬੀਜੇ ਨੂੰ, ਉਦੋਂ ਸਰਕਾਰਾਂ ਮੁਆਵਜ਼ਾ ਨਹੀਂ ਦਿੰਦੀਆਂ। ਸੋ ਇੱਥੇ ਥਰਮਲ ਪਾਵਰ ਪਲਾਂਟ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਆਪਣੇ ਇਲਾਕੇ ਦੇ ਕਿਸਾਨਾਂ ਦੀ ਗੱਲ ਸੁਣਨ। ਇੱਥੇ ਜੇ ਤੁਸੀਂ ਇੰਟਰਨੈਟ 'ਤੇ ਸਰਚ ਕਰੋਗੇ ਤਾਂ ਜਿਹੜਾ ਬਣਵਾਲਾ ਥਰਮਲ ਪਾਵਰ ਪਲਾਂਟ ਹੈ ਉਸਦੀ ਜਿਹੜੀ ਇੰਟਰੋਡਕਸ਼ਨ ਹੀ ਇਸ ਤਰੀਕੇ ਦੇ ਨਾਲ ਦਿੱਤੀ ਗਈ ਹੈ ਕਿ ਜਿਹੜਾ ਵੇਦਾਂਤਾ, ਅਸਲ ਦੇ ਵਿੱਚ ਇਹ ਚੀਨ ਦੀ ਕੰਪਨੀ ਵੇਦਾਂਤਾ ਦੇ ਵੱਲੋਂ ਬਣਾਇਆ ਗਿਆ ਥਰਮਲ ਪਾਵਰ ਪਲਾਂਟ ਹੈ। ਕਹਿੰਦੇ ਇਹ ਆਪਣੇ ਜਿਹੜੇ ਸਥਾਨਕ ਲੋਕ ਨੇ ਉੱਥੋਂ ਦੇ ਲੋਕਾਂ ਦੇ ਲਈ ਰੁਜ਼ਗਾਰ ਪੈਦਾ ਕਰਨ ਦਾ ਸਾਧਨ ਹੈ, ਪਰ ਇਹ ਵੀ ਫੈਕਟ ਹੈ ਕਿ ਉਸ ਇਲਾਕੇ ਦੇ ਪਿੰਡਾਂ, ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਚਮੜੀ ਦੇ ਰੋਗ ਹੋ ਰਹੇ ਨੇ, ਕਿਉਂਕਿ ਜਦੋਂ ਤੜਕੇ ਨੂੰ ਲੋਕ ਉੱਠਦੇ ਨੇ ਤਾਂ ਉਹਨਾਂ ਦੇ ਘਰ ਦੀਆਂ ਛੱਤਾਂ ਦੇ ਉੱਤੇ ਬਾਹਰ ਪਿਆ ਜਿਹੜਾ ਸਮਾਨ ਹੁੰਦਾ ਹੈ ਉੱਥੇ ਕਾਲੀ ਕਾਲੀ ਸਵਾਹ ਡਿੱਗੀ ਹੁੰਦੀ ਹੈ, ਅਤੇ ਉਹ ਸਵਾਹ ਹੈ ਜਿਹੜੀ ਉਹ ਲੋਕਾਂ ਦੇ ਵਿੱਚ ਚਮੜੀ ਦੇ ਰੋਗ, ਇਨਫੈਕਸ਼ਨ ਦੇ ਰੋਗ ਪੈਦਾ ਕਰ ਰਹੀ ਹੈ। ਸੋ ਇਹ ਕਿਸਾਨ ਨਾਰ ਸਿੰਘ ਨੂੰ ਆਪਾਂ ਸੁਣਦੇ ਹਾਂ ਕਿ ਇਹਨਾਂ ਦੀ ਜ਼ਮੀਨ ਹੈ, ਇਹਨਾਂ ਦੀ ਜ਼ਮੀਨ ਦੇ ਵਿੱਚ ਜਿਹੜੀ ਫਸਲ ਬੀਜੀ ਹੋਈ ਸੀ ਨਰਮੇ ਦੀ, ਉਹ ਆਖਿਰਕਾਰ ਸਵਾਹ ਨਾਲ ਕਿਵੇਂ ਬਰਬਾਦ ਹੋ ਗਈ? ਸਾਡੇ ਨਾਲ ਮਾਨਸਾ ਦੇ ਪਿੰਡ ਰਾਏਪੁਰ ਤੋਂ ਨਾਰ ਸਿੰਘ ਜੁੜੇ ਹੋਏ ਨੇ। ਨਾਰ ਸਿੰਘ ਕਿਸਾਨ ਨੇ, ਖੇਤੀ ਕਰਦੇ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਕੀ ਹਾਲਾਤ ਨੇ ਇਸ ਵਕਤ ਉਹਨਾਂ ਦੇ ਖੇਤਾਂ ਦੇ ਵਿੱਚ। ਸੋ ਨਾਰ ਸਿੰਘ ਜੀ, ਸਾਨੂੰ ਪਤਾ ਲੱਗਿਆ ਕਿ ਤੁਹਾਡੀ ਫਸਲ ਦਾ ਨੁਕਸਾਨ ਹੋਇਆ, ਇਹ ਝੱਖੜ ਕਰਕੇ? ਮੈਡਮ ਜੀ, ਅਸੀਂ ਖੇਤੀ ਬੀਜੀ ਸੀ ਜੀ, ਖੇਤੀ ਦੇ ਵਿੱਚ ਪਹਿਲਾਂ ਤੇਰੀ ਆਈ ਪਾਸੋਂ। ਕਿਹੜੀ ਫਸਲ ਬੀਜੀ ਆ ਤੁਸੀਂ? ਨਰਮਾ ਬੀਜਿਆ ਸੀ। ਨਰਮਾ ਕਿੰਨਾ ਵਾਹਣ, ਕਿੰਨੇ ਵਾਹਣ ਚ? ਇਹ ਜੀ ਏਕੜ ਤਾਂ ਜੀ ਬਹੁਤ ਜ਼ਿਆਦਾ, ਮੇਰੇ 4 ਏਕੜ ਆ ਜੀ ਇਕੱਲੇ ਦੇ। ਠੀਕ ਹੈ। ਤੇ 4 ਏਕੜ ਆ ਜੀ, ਉਹਨੇ ਇਧਰੋਂ ਸਵਾਹ ਆ ਗਈ ਜੀ ਇਧਰੋਂ ਥਰਮਲ ਵੱਲੋਂ। ਕਿਹੜਾ ਥਰਮਲ? ਥਰਮਲ ਬਣਾਵਾ ਸਾਈਡ ਹੈ ਜੀ, ਬੜਾ ਵੱਜਦਾ ਜੀ। ਠੀਕ ਹੈ। ਇਹ ਤੁਹਾਡੇ ਪਿੰਡ ਦੇ ਨਾਲ ਲੱਗਦਾ? ਜਮਾ ਨਾਲ ਲੱਗਦਾ ਜੀ, ਮੇਰੇ ਖੇਤ ਦੇ ਨਾਲ ਲੱਗਦਾ, ਪੇਰੋਂ ਵਾਲੇ ਪਾਸੇ ਵੀ ਲੱਗਦਾ, ਬਣਾ ਵਾਲੇ ਪਾਸੇ ਵੀ ਲੱਗਦਾ ਜੀ। ਠੀਕ ਹੈ। ਤੇ ਸਾਰੇ ਲਾ ਲਓ ਵੀ ਥਰਮਲ ਨੇ ਮੇਰਾ ਨਰਮਾ ਬਹੁਤ ਜ਼ਿਆਦਾ ਮਚਾਤਾ, 100% ਹੀ ਮਚਾਤਾ ਜੀ। ਜੇ ਇਹ ਦਾ ਮੁਆਵਜ਼ਾ ਸਾਨੂੰ ਸਰਕਾਰ ਦਵਾ ਸਕਦੀ ਹੈ ਤਾਂ ਬਹੁਤ ਸ਼ਾਬਾਸ਼ ਹੈ ਜੀ ਇਹਨਾਂ ਦੀ। ਥਰਮਲ ਨਹੀਂ, ਤੁਸੀਂ ਮੈਨੂੰ ਇਹ ਦੱਸੋ ਵੀ ਥਰਮਲ ਨੇ ਕਿਵੇਂ ਤੁਹਾਡਾ ਨਰਮਾ ਮਚਾਤਾ, ਥਰਮਲ ਨਾਲ ਕੀ ਸੰਬੰਧ ਹੈ ਝੱਖੜ ਦਾ? ਉਹ ਜੀ ਝੱਖੜ ਦਾ ਜੀ ਇੱਧਰ ਕੋਲਾ ਪਿਆ ਜੀ। ਅੱਛਾ। ਕੋਲਾ ਚੱਲ ਕੇ, ਕੋਲਾ ਚੱਲ ਕੇ ਸਵਾਹ ਜਿਹੋ ਕੋਲੇ ਦੀ ਉਹ ਉੱਤੇ ਫਸਲ ਦੇ ਡਿੱਗਦੀ ਹੈ ਜੀ। ਅੱਛਾ। ਉਹ ਫਸਲ ਦੇ ਪਹਿਲਾਂ ਵੀ ਜੀ ਡਿੱਗੀ ਆ, ਪਹਿਲਾਂ ਵੀ ਅਸੀਂ ਰਿਪੋਰਟਾਂ ਕਰੀਆਂ ਸੀ, ਪਹਿਲਾਂ ਸਾਨੂੰ ਕੋਈ ਮਾਰਿਆ ਨਾ, ਵਿੱਚੋਂ ਲੋਕ ਲੈ ਗਏ ਜੀ ਵਿਕ ਗਏ। ਠੀਕ ਹੈ। ਤੇ ਅਸੀਂ ਜੀ ਸੰਬੰਧ ਰੱਖਦੇ ਹਾਂ ਵੀ ਸਾਰੇ ਲੋਕਾਂ ਦਾ ਵੀ ਸਾਨੂੰ ਇੱਕੋ ਜਿਹਾ ਮੁਆਵਜ਼ਾ ਮਿਲੇ, ਜਿਹਦਾ ਕਿਸੇ ਦਾ ਮਰਿਆ ਹਰੇਕ ਦਾ ਮਿਲੇ। ਠੀਕ ਹੈ। ਹਾਂਜੀ, ਅਸੀਂ ਐਂ ਨਹੀਂ ਸਾਨੂੰ ਇਕੱਲਿਆਂ ਨੂੰ ਮਿਲੇ ਜੀ, ਸਭ ਨੂੰ ਮਿਲੇ ਉਹ ਜਿਹਦਾ ਮਰਦਾ ਜੀ।
ਅੱਛਾ, ਤੁਹਾਡੇ ਫਿਰ ਆਸ ਪਾਸ ਕਿੰਨੇ ਕੁ ਜਣਿਆਂ ਦੀ, ਕਿੰਨੇ ਕਿਸਾਨਾਂ ਦੀ ਫਸਲ ਖਰਾਬ ਹੋ ਗਈ? ਸਾਡੇ ਲਾ ਲੋ ਜੀ, ਅਸੀਂ ਚਾਰ ਭਾਈ ਆ ਜੀ, ਚਾਰਾਂ ਭਾਈਆਂ ਸਾਡਾ ਖਤਮ ਹੋ ਗਿਆ ਜੀ ਨਰਮਾ। ਕਿੰਨੀ ਏਕੜ ਹੋਏਗਾ? ਸਾਡੇ ਜੀ ਹੋਇਆ ਜੀ 8 ਕਿੱਲੇ। ਅੱਛਾ, ਤੇ ਮੇਰੇ ਤਾਏ ਦੇ ਮੁੰਡੇ ਦਾ ਵੀ ਹੋਇਆ ਜੀ, ਮੇਰੇ ਚਾਚੇ ਦੇ ਜਮਾਈ ਦਾ ਵੀ, ਇੱਥੇ ਘਰ ਜਮਾਈ ਰਹਿੰਦਾ ਜੀ ਸਾਡੇ। ਠੀਕ ਹੈ, ਠੀਕ ਹੈ। ਤੇ ਹੋਰ ਲਾ ਲੋ ਵੀ ਗਾਹ ਰਮਦਾਸ ਭਗਤਾਂ ਦੀ ਵੀ ਹੋਇਆ ਜੀ, ਗਰੀਬ ਜਨਤਾ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਤੇ ਅੰਦਾਜ਼ਾ ਲਾਈਏ ਜੀ ਰਾਪਰ ਪਿੰਡ ਦਾ ਕਿੰਨਾ ਕੁ ਨੁਕਸਾਨ, ਕਿੰਨੀ ਕੁ ਏਕੜ ਜ਼ਮੀਨ ਆ ਗਈ ਇਹ ਸਵਾਹ ਦੀ ਮਾਰਚ? ਇਹਦੀ ਸਵਾਹ ਦੀ ਮਾਰਚ ਆ ਗਈ ਹੋਊ ਜੀ ਘੱਟੋ ਘੱਟ 80-90 ਕਿੱਲੇ ਆ ਗਏ ਹੋਣਗੇ ਜੀ। ਅੱਛਾ, ਇਹ ਆ ਪਿਛਲੇ 1-2 ਦਿਨਾਂ ਦੇ ਵਿੱਚ? ਹਾਂਜੀ ਹਾਂਜੀ, ਪਿਛਲੇ 2 ਦਿਨਾਂ ਦੇ ਵਿੱਚ ਜੀ। ਅੱਛਾ, ਮੈਨੂੰ ਥੋੜਾ ਜਿਹਾ ਹੋਰ ਸਮਝਾਓ ਵੀ ਜਦੋਂ ਇਹ ਥਰਮਲ ਦੀ ਸਵਾਹ ਹੈ ਜਿਹੜੀ ਕੋਲਾ ਜਿਹੜਾ ਤੁਸੀਂ ਕਹਿੰਦੇ ਹੋ, ਇਹ ਥਰਮਲ ਦੇ ਅੰਦਰ ਅੰਦਰ ਪਿਆ ਹੋਣਾ ਨਾ? ਥਰਮਲ ਜਿਹੜਾ ਸਵਾਹ ਹੈਗੀ ਹੈ ਕੋਲਾ ਹੈਗਾ, ਇਹ ਥਰਮਲ ਦੇ ਅੰਦਰ ਪਿਆ ਹੋਣਾ ਨਾ, ਕਿ ਬਾਹਰ ਇਹਨਾਂ ਨੇ ਕਿਤੇ ਢੇਰ ਲਾਇਆ? ਨਹੀਂ ਨਹੀਂ, ਥਰਮਲ ਦੇ ਅੰਦਰ ਆ ਜੀ, ਜਦੋਂ ਹਨੇਰੀ ਵਗਦੀ ਹੈ ਨਾ। ਹਾਂਜੀ, ਜਦੋਂ ਤੇਜ਼ ਹਵਾ ਵਗਦੀ ਹੈ। ਠੀਕ ਹੈ, ਉਦੋਂ ਲਾ ਲਓ ਜੀ ਇੱਕ ਤਾਂ ਸਵਾਹ ਲਾ ਲਓ ਵੀ ਚੱਲਦੀ ਹੈ ਪੂਰੀ, ਲਾ ਲਓ ਜੀ ਉਹ ਮੰਨਦਾ ਤਾਂ ਰੇਤਾ ਬਣਿਆ ਪਿਆ ਜੀ, ਜੋ ਪਿੱਛਾ ਹੋਇਆ ਪੂਰਾ ਚੱਲਦਾ ਜੀ, ਉਹ ਉੱਡ ਕੇ ਫਿਰ ਖੇਤਾਂ ਚ ਡਿੱਗ ਪਈ। ਹਾਂਜੀ, ਇੱਕ ਲਾ ਲਓ ਜੀ ਤਾਹ ਤੋਂ ਰਾਖ ਹੈ ਜਦੋਂ ਚਿਮਣੀਆਂ ਦੀ ਜੀ। ਹਾਂਜੀ ਹਾਂਜੀ, ਉਹ ਹੁਣ ਤਾਂ ਮੈਂ ਮੰਨਦਾ ਵੀ ਜ਼ਰੂਰ ਉਹ ਝਰਨਾ ਤਿੱਕਰ ਵੀ ਡਿੱਗਦੇ ਜੀ, ਮੀਂਹ ਤਿੱਕਰ। ਅੱਛਾ, ਤੇ ਉਹ ਫਿਰ ਤੁਹਾਡੇ ਘਰਾਂ ਦੇ ਉੱਤੇ ਵੀ ਡਿੱਗਦੀ ਹੋਣੀ? ਹਾਂਜੀ, ਸੋ ਜੇ ਚਿੱਟਾ ਕੱਪੜਾ ਪਾਇਆ ਜੀ ਰਾਤੀ ਹਵਾ ਆਉਂਦੀ ਹੈ। ਹਾਂਜੀ, ਉਵੇਂ ਜਿਵੇਂ ਫੋਟੋਆਂ ਲੈਪ ਹੋਏ ਹੋਏ ਨੇ ਗਗਨ ਸਿੰਘ ਸਾਡੇ ਪਿੰਡ ਦੇ। ਠੀਕ ਹੈ, ਬਹੁਤ ਵਾਰੀ ਲੈਪ ਹੋਏ ਹੋਏ ਨੇ ਜੀ। ਠੀਕ ਹੈ, ਤੇ ਉਹਨਾਂ ਦਾ ਮੁਆਵਜ਼ਾ ਸਾਨੂੰ ਕੋਈ ਮਿਲਿਆ? ਥਰਮਲ ਸਾਨੂੰ ਲਾ ਲਓ ਵੀ ਜਿਹਨੇ ਜ਼ਮੀਨ ਵੇਚਤੀ ਉਹਨਾਂ ਦਾ ਮੁਆਵਜ਼ਾ ਮਿਲ ਗਿਆ ਜੀ। ਅੱਛਾ, ਅਸੀਂ ਲਾ ਲਓ ਜੀ ਕੋਈ ਨਾ ਥਰਮਲ ਦੇ ਕੋਈ ਵਾਹਨ ਵੇਚਿਆ ਨਾ ਕੋਈ ਸਾਰਾ ਕੁਛ ਕੀਤਾ, ਸਾਨੂੰ ਕੁਛ ਨੀ ਮਿਲਦਾ, ਸਾਨੂੰ ਮਾਰ ਹੈ ਜੀ ਸਾਰੀ। ਠੀਕ ਹੈ, ਤੇ ਇਹ ਕਿੰਨੇ ਕੁ ਸਾਲ ਹੋ ਗਏ ਇੱਥੇ ਥਰਮਲ ਲੱਗੇ ਨੂੰ? ਇਹਨੂੰ ਤਾਂ ਹੋ ਗਏ ਜੀ 10-11 ਸਾਲ ਹੋ ਗਏ ਜੀ। ਠੀਕ ਹੈ, ਤੇ ਇੱਥੇ ਫਿਰ ਇਹਨੇ ਆਸ ਪਾਸ ਦੇ ਲੋਕਾਂ ਨੂੰ ਰੁਜ਼ਗਾਰ ਵੀ ਤਾਂ ਦਿੱਤਾ ਹੋਊਗਾ ਥਰਮਲ ਨੇ? ਕੁਛ ਰੁਜ਼ਗਾਰ ਦਿੱਤਾ ਜੀ, ਉਦੋਂ ਆਖਿਆ ਸੀ ਵੀ ਨਾ ਤਾਂ ਫ੍ਰੀ ਲਾਈਟ ਦੇਵਾਂਗੇ ਜੀ। ਠੀਕ ਹੈ, ਤੇ ਜਿਹਦਾ ਵੀ ਵਾਹਨ ਆਇਆ ਜੀ ਉਹਨੂੰ ਨੌਕਰੀ ਦੇਵਾਂਗੇ। ਅੱਛਾ, ਕਿਸੇ ਨੂੰ ਕੁਛ ਦਿੱਤਾ ਨੀ ਜੀ। ਤੇ ਇਹ ਹੁਣ ਜਿਹੜੀ ਨਰਮੇ ਦੀ ਫਸਲ ਹੁਣ ਤੁਸੀਂ ਬੀਜੀ ਸੀ, ਅਗੇਤੀ ਬੀਜਤੀ ਸੀ, ਕਿੰਨੇ ਕਿੰਨੀ ਕੁ ਹੋ ਗਈ ਸੀ ਫਸਲ, ਕਿੰਨੀ ਕੁ ਫਸਲ ਹੋ ਗਈ ਸੀ ਜਿੱਥੋਂ ਵੱਡੀ ਜੀ? ਅੱਛਾ, ਤੇ ਹੁਣ ਤੁਹਾਨੂੰ ਇਹ ਸਾਰਾ ਦੁਬਾਰੇ ਬੀਜਣਾ ਪਊਗਾ? ਹਾਂਜੀ, ਦੁਬਾਰੇ ਬੀਜਣਾ ਪਊਗਾ ਜੀ। ਤੁਸੀਂ ਮੈਨੂੰ ਇਹ ਦੱਸੋ ਵੀ ਹੁਣ ਦੁਬਾਰੇ ਬੀਜਣ ਤੇ ਤੁਹਾਨੂੰ ਕਿੰਨਾ ਖਰਚਾ ਆਊਗਾ? ਇਹ ਜੀ 700 ਰੁਪਏ ਦਾ ਪੈਟ ਗਿਆ, 4 ਪੈਟ ਦਾ ਬੀਜਦੇ ਪੈਂਦੇ ਨੇ ਜੀ। ਠੀਕ ਹੈ, 15 ਲੀਟਰ ਲਾ ਲਓ ਤੇਲ ਪੈਂਦਾ ਜੀ। ਅੱਛਾ, ਤੇ ਲਾ ਲਓ ਖੇਚਰਾ ਹੋ ਗਈ। ਠੀਕ ਹੈ, ਹਾਂ ਸਰ, ਯਾਨੀ ਕਿ 1 ਕਿੱਲੇ ਚ ਕਿੰਨਾ ਖਰਚਾ ਆਊਗਾ ਅੰਦਾਜ਼ਾ? ਅੰਦਾਜ਼ਾ ਕਿੱਲੇ ਤੇ ਆਜੂ ਜੀ, ਲਾ ਲਓ ਵੀ ਸਾਰਾ ਹੋ ਜਾਂਦਾ ਵੀ 3000 ਦਾ 2100 ਦਾ ਬੀ ਪੈ ਗਿਆ ਜੀ। ਠੀਕ ਹੈ, 2100 ਦਾ ਬੀ ਪੈਂਦਾ ਜੀ, ਤੇ 15 ਲੀਟਰ ਤੇਲ ਪਾ ਲਓ, 84 ਰੁਪਏ ਲੀਟਰ ਤੇਲ ਹੈ ਜੀ। ਠੀਕ ਹੈ, ਠੀਕ ਹੈ, ਤੇ ਹੁਣ ਸਰ ਲਾ ਲਓ ਵੀ ਮਸ਼ੀਨ ਅਸੀਂ 250 ਰੁਪਏ ਘੰਟਾ ਕਿਰਾਏ ਤੇ ਲਿਆਉਣੇ ਜੀ। ਠੀਕ ਹੈ, ਠੀਕ ਹੈ, ਤੇ ਸਰ ਸਾਡਾ ਲਾ ਲਓ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ। ਠੀਕ ਹੈ, ਹੁਣ ਤੁਹਾਨੂੰ ਇਹ ਵੀ ਨਾਰ ਸਿੰਘ ਜੀ ਪਤਾ ਹੋਣਾ ਵੀ ਜਦੋਂ ਫਸਲ ਅਗੇਤੀ ਹੁੰਦੀ ਹੈ ਜਦੋਂ ਉਦੋਂ ਸਰਕਾਰ ਕੋਈ ਮੁਆਵਜ਼ਾ ਨਹੀਂ ਦਿੰਦੀ, ਜਦੋਂ ਫਸਲ ਪੱਕ ਜਾਂਦੀ ਹੈ ਫਿਰ ਨੁਕਸਾਨ ਹੋਵੇ ਫਿਰ ਮੁਆਵਜ਼ਾ ਦਿੰਦੀ ਹੈ, ਤੇ ਹੁਣ ਤੁਸੀਂ ਥਰਮਲ ਵਾਲਿਆਂ ਤੋਂ ਮੁਆਵਜ਼ਾ ਮੰਗਣ ਦੀ ਮੰਗ ਕਰ ਰਹੇ ਹੋ? ਹਾਂਜੀ, ਅਸੀਂ ਸਰ ਸਾਡਾ ਜੇ ਕੋਈ ਨੁਕਸਾਨ ਹੈ ਸਾਨੂੰ ਕੁਛ ਨੁਕਸਾਨ ਮਿਲਣਾ ਚਾਹੀਦਾ ਜੀ, ਫਿਰ ਅਸੀਂ ਗਰੀਬ ਜਨਤਾ ਅਸੀਂ ਐਂ ਮਰ ਜਾਈਏ ਫਿਰ ਸਾਨੂੰ ਖੇਤੀ ਦਾ ਕੀ ਕਰਾਂਗੇ ਜੀ। ਹਾਂਜੀ ਹਾਂਜੀ, ਬਿਲਕੁਲ। ਅੱਛਾ, ਜਿਹੜੇ ਥਰਮਲ ਨਾਲ ਤੁਹਾਨੂੰ ਉਦਾਂ ਵੀ ਬਿਮਾਰੀਆਂ ਵਗੈਰਾ ਤਾਂ ਨਹੀਂ ਇਲਾਕੇ ਵਿੱਚ ਫੈਲੀਆਂ ਹੈਗੀਆਂ ਕਿਸੇ ਵੀ ਪ੍ਰਕਾਰ ਦੀਆਂ ਸਵਾਹ ਨਾਲ? ਹਾਂਜੀ, ਜਿਹੜਾ ਹੁਣ ਥਰਮਲ ਹੈ ਹੁਣ ਤਾਂ ਤੁਹਾਡੀ ਫਸਲ ਦਾ ਨੁਕਸਾਨ ਹੋਇਆ ਹੈ, ਪਰ ਊ ਦੇ ਮਤਲਬ ਕੋਈ ਹੋਰ ਬਿਮਾਰੀਆਂ ਤਾਂ ਨਹੀਂ ਲੱਗਦੀਆਂ ਇਹ ਨਾਲ ਇਲਾਕੇ ਦੇ ਵਿੱਚ? ਇਹਦੀ ਸਵਾਹ ਜਿਹੜੀ ਲੱਗਦੀ ਹੈ ਜੀ, ਲਰਜੀ ਹੋਈ ਜਾਂਦੀ ਹੈ ਜੀ ਸਭ ਨੂੰ, ਸਾਰੇ ਵੀ ਆਲਾ ਨੂੰ ਵੀ ਜੇ ਸਵਾਹ ਇੱਥੇ ਸਿੱਧਾ ਦੇ ਕੈਂਟਰ ਜੀ ਇਸ ਵੇਲੇ ਕੋਈ ਬੀਹਾਂ ਚ ਲਾ ਲਓ ਵੀ ਟੋਬਿਆਂ ਚ ਮਿੱਟੀ ਸਜਾਈ ਜਾਂਦੇ ਸਰਪੰਚ। ਠੀਕ ਹੈ, ਉਹ ਸਵਾਹ ਨਾਲ ਲਾ ਲਓ ਜੀ ਐਲਰਜੀ ਹੋ ਜਾਂਦੀ ਹੈ ਸਭ ਨੂੰ। ਠੀਕ ਹੈ, ਅੱਛਾ, ਮਤਲਬ ਚਮੜੀ ਦੇ ਰੋਗ ਹੋ ਰਹੇ ਨੇ? ਹਾਂ, ਚਮੜੀ ਦੇ ਰੋਗ ਹੋ ਰਹੇ ਨੇ ਜੀ। ਠੀਕ ਹੈ, ਤੇ ਇੱਥੇ ਕੋਈ ਤੁਹਾਡੇ ਇਲਾਕੇ ਦਾ ਕੌਣ ਹੈ MLA ਵਗੈਰਾ ਕਿਸੇ ਨੇ ਸਾਰ ਨਹੀਂ ਲਈ ਕਦੇ? ਇੱਧਰ ਜੀ ਇਹ ਮੋਫਰ ਸਾਹਿਬ ਦੇ ਮੁੰਡੇ ਨੇ ਜੀ, ਬਿਕਰਮ। ਅੱਛਾ ਅੱਛਾ, ਹਾਂਜੀ, ਠੀਕ ਹੈ, ਪਰ ਇਸ ਵਾਰੀ MLA ਤੁਹਾਨੂੰ ਸਰਦੂਲਗੜ੍ਹ ਪੈਂਦਾ ਨਾ, ਉਹ ਤਾਂ ਫਿਰ ਦਿਲਰਾਜ ਸਿੰਘ ਭੁੰਦੜ ਹੈ ਮੈਨੂੰ ਲੱਗਦਾ। ਦਿਲਰਾਜ ਭੁੰਦੜ ਵੀ ਉਹ ਜੀ ਹੁਣ ਤਾਂ ਦਿਲਰਾਜ ਪਹਿਲਾਂ ਸੀਗਾ ਬਿਕਰਮ ਸਿੰਘ ਜੀ, ਹੁਣ ਕੱਲ ਵੀ ਕਰਦੇ ਕੁਛ ਨੀ ਕੋਈ ਸਾਡਾ। ਅੱਛਾ, ਤੁਸੀਂ ਇਹਨਾਂ ਕੋਲੇ ਆਪਦੀ ਰੱਖੀ ਹੈ ਡਿਮਾਂਡ ਪ੍ਰਸ਼ਾਸਨ ਕੋਲੇ ਜਾਂ ਇਧਰ ਕੋਲੇ? ਉਹ ਕਦੇ ਗਿਆ ਗੜੇ ਦੀ ਮਾਰ ਚ ਆਏ ਸੀਗੇ। ਅੱਛਾ, ਤੇ ਸਾਨੂੰ ਕੁਛ ਗੜੇ ਦੀ ਮਾਰ ਨਹੀਂ ਮਿਲੀ ਜੀ। ਠੀਕ ਹੈ, ਹਾਂਜੀ, ਆ ਸਾਡੇ ਲਾ ਲਓ ਫਿਰ ਤਾਜ ਦੇ ਬੇਟੇ ਨੇ ਇਹਨਾਂ ਨਾਲ ਲੈ ਪਹੁੰਚੇ ਜੀ ਤੁਸੀਂ। ਹਾਂਜੀ, ਹੈਲੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਫਤਿਹ। ਕੀ ਨਾਮ ਹੈ ਭਾਈ ਸਾਹਿਬ ਤੁਹਾਡਾ? ਮੇਰਾ ਨਾਮ ਜਗਦੇਵ ਸਿੰਘ ਹੈ ਜੀ।
ਅੱਛਾ ਜੀ, ਤੇ ਜਗਮੇਲ ਸਿੰਘ ਜੀ ਤੁਸੀਂ ਕੀ ਮੰਗ ਕਰਦੇ ਹੋ ਜਿਹੜੀ ਇਹ ਫਸਲ ਦਾ? ਹੁਣ ਤੁਹਾਡੇ ਜਿਹੜੇ ਚਾਚੇ ਦੇ ਪੁੱਤ ਨੇ ਦੱਸਿਆ ਹੈਗਾ, ਨਾਰ ਸਿੰਘ ਨੇ ਦੱਸਿਆ ਕਿ ਨੁਕਸਾਨ ਹੋਇਆ ਸਾਡਾ ਤੇ ਥਰਮਲ ਕਰਕੇ ਨੁਕਸਾਨ ਹੋਇਆ। ਹਾਂਜੀ, ਸਵਾਹ ਆਉਂਦੀ ਹੈ ਜੀ, ਸਵਾਹ ਜਿਹੜੀ ਫਸਲ ਨੂੰ ਵੱਢ ਕੇ ਲੈ ਜਾਂਦੀ ਹੈ ਇਹ ਜੀ। ਠੀਕ ਹੈ। ਹਾਂਜੀ ਹਾਂਜੀ, ਨਹੀਂ ਇਹ ਸਵਾਹ ਜਦੋਂ ਉੱਤੇ ਡਿੱਗਦੀ ਹੈ ਉਹ ਤਾਂ ਫਿਰ ਜੇ ਮੀਂਹ ਪਏ ਤਾਂ ਝੜ ਜਾਂਦੀ ਹੋਣੀ, ਇਹ ਨੁਕਸਾਨ ਕਿਵੇਂ ਕਰ ਦਿੰਦੀ ਹੈ ਥੋੜਾ ਜਿਹਾ? ਇਹ ਝੜ ਵੀ ਜਾਂਦੀ ਹੈ ਜੀ, ਜਦੋਂ ਮੀਂਹ ਨਾ ਪਵੇ ਫਿਰ ਉੱਤੇ ਜੰਮ ਜਾਂਦੀ ਹੈ ਜੀ ਇਹ। ਅੱਛਾ। ਜੇ ਮੀਂਹ ਤੇ ਜੇ ਮੀਂਹ ਪਵੇ ਉਦੋਂ ਲੈ ਜਾਂਦੀ ਹੈ, ਜਦੋਂ ਹਵਾ ਆ ਜਾਏ ਹਵਾ ਫਿਰ ਵੱਢਦੀ ਹੈ ਇਹ ਜੀ। ਹਵਾ ਵੱਢ ਦਿੰਦੀ ਹੈ, ਸੁਕਾ ਦਿੰਦੀ ਹੈ ਮਤਲਬ? ਹਵਾ ਦਾ ਪੱਤੇ ਮਚਾਤੇ ਜੀ। ਅੱਛਾ, ਪੱਤੇ ਮਚਾਤੇ। ਹੁਣ ਮਤਲਬ ਇਹ ਜਿਹੜਾ ਮੱਚ ਗਏ ਪੱਤੇ, ਹੁਣ ਇਹ ਨਹੀਂ ਹਰੇ ਹੋਣੇ ਦੁਬਾਰੇ? ਜੇ ਇਹ ਜੀ ਜਿਹੜਾ ਕੋਈ ਨਾਲਾ ਵੱਡਾ ਸੀਗਾ ਜੀ, ਅੱਛਾ ਜੇ ਉਹ ਗੋਲਡੇ ਗੋਲਡੇ ਗਿੱਠੋ ਵੱਡਾ ਜੀ, ਉਹ ਤਾਂ ਬਹਾਲ ਹੋ ਸਕਦਾ ਜੀ। ਠੀਕ ਹੈ। ਤੇ ਜਿਹੜਾ ਛੋਟਾ ਸੀ ਉਹਦਾ ਗੰਢੇ ਜਿਹਦੇ ਥੱਲੇ ਬੁੱਝੇ ਸੁੱਕ ਜਾਣਾ ਤੁਸੀਂ। ਅੱਛਾ। ਹਾਂ ਹਾਂ, ਕੋਈ ਭਾਵੇਂ ਹਾਂ ਟਾਵੇਂ ਹੈਗਾ ਜੀ। ਤੇ ਕੀ ਤੁਸੀਂ ਮੰਗ ਕੀ ਕਰਦੇ ਹੋ, ਤੁਹਾਡੀ ਸਮੱਸਿਆ ਦਾ ਹੱਲ? ਸਾਨੂੰ ਇਹਦਾ ਮੁਆਵਜ਼ਾ ਮਿਲਣਾ ਚਾਹੀਦਾ ਜੀ, ਸਾਨੂੰ ਕੋਈ ਹੱਲ ਕਰਨਾ ਚਾਹੀਦਾ। ਆਏ ਵਾਰੀ ਸਵਾਹ ਪੈਂਦੀ ਹੈ ਸਾਡੀ ਮਾਰ ਹੋਣੇ ਮਿਲਦਾ ਸਾਨੂੰ ਇਹ ਨਹੀਂ ਕੋਈ। ਪਰ ਸਰਕਾਰ ਤਾਂ ਮੁਆਵਜ਼ਾ ਦੇ ਨਹੀਂ ਸਕਦੀ ਕਿਉਂਕਿ ਹੁਣੇ ਹੁਣੇ ਬੀਜੀ ਹੈ ਤੁਸੀਂ। ਸਰਕਾਰ ਹਮੇਸ਼ਾ ਖੜੀ ਫਸਲ ਜਦੋਂ ਖਰਾਬ ਹੋ ਜੇ ਪੱਕੀ ਫਸਲ ਫੇਰ ਦਿੰਦੀ ਹੈ ਮੁਆਵਜ਼ਾ। ਹਾਂਜੀ ਹਾਂਜੀ, ਥਰਮਲ ਕੋਲੋਂ ਮੰਗ ਕਰਦੇ ਹੋ? ਹਾਂਜੀ ਹਾਂਜੀ, ਇਹਨੇ ਸਵਾਹ ਨਹੀਂ ਕਰਿਆ, ਵੱਧ ਕਾਰਨ ਸਾਡਾ ਜਿਹੜਾ ਸਵਾਹ ਦਾ ਕਾਰਨ ਬਣਦਾ ਜੀ। ਇੱਥੇ ਨੇੜੇ ਨੇੜੇ ਸਾਡੇ ਜਿਹੜੇ ਥਰਮਲ ਨੇੜੇ ਨੇੜੇ ਆ ਜੀ, ਇੱਥੇ ਕਈ ਵਾਰੀ ਨੁਕਸਾਨ ਹੋ ਗਿਆ ਜੀ। ਠੀਕ ਹੈ ਠੀਕ ਹੈ। ਸਾਨੂੰ ਕਦੇ ਕਦੇ ਮਾਮਲਾ ਨਹੀਂ ਮਿਲਿਆ ਸਾਨੂੰ ਜੀ। ਤੇ ਜਿਹੜੇ ਮੂਹਰੇ ਹੁੰਦੇ ਆ ਕੋਈ ਆਪਣੇ ਸਿਆਸੀ ਚੱਲਦੇ ਰਹਿੰਦਾ ਦਵਾ ਜੀ, ਉਹ ਬੰਦੇ ਮੂਹਰੇ ਲਾਹਾ ਲੈ ਲਿਆ, ਅਸੀਂ ਪਿੱਛੇ ਰਹਿ ਜੀ। ਯਾਨੀ ਕਿ ਥਰਮਲ ਦਾ ਕੋਈ ਤੁਹਾਨੂੰ ਫਾਇਦਾ ਨਹੀਂ ਹੋਇਆ, ਨੁਕਸਾਨ? ਨੁਕਸਾਨ ਹੈ ਜੀ, ਫਾਇਦਾ ਕੋਈ ਨਹੀਂ ਹੋਇਆ ਜੀ, ਨੁਕਸਾਨ ਹੀ ਨੁਕਸਾਨ ਹੈ ਜੀ। ਪਰ ਇੱਥੇ ਬਿਜਲੀ ਬਣਦੀ ਹੈ ਨਾ, ਤੇ ਬਿਜਲੀ ਦਾ ਕੀ ਹਾਲਾਤ ਨੇ ਤੁਹਾਡੇ ਇਲਾਕੇ 'ਚ? ਬਿਜਲੀ ਰਹਿੰਦੀ ਹੈ? ਬਿਜਲੀ ਸਾਡੇ ਤਾਂ ਬਿਜਲੀ ਦਿੰਦੀ ਨਹੀਂ ਇਹ ਜੀ। ਅੱਛਾ। ਇਹ ਬਿਜਲੀ ਬਾਹਰ ਜਾਂਦੀ ਹੈ ਤਾਂ ਜੀ ਇੱਥੋਂ ਤਾਂ ਜੀ। ਥਰਮਲ ਨੇ ਕੋਈ ਸਹੂਲਤ ਨਹੀਂ ਦਿੱਤੀ ਇਲਾਕੇ ਨੂੰ? ਨਾ ਜੀ, ਕੋਈ ਸਹੂਲਤ ਨਹੀਂ ਜੀ। ਇਹ ਤਾਂ ਜੀ ਜਿਹੜੇ ਮੂਹਰਲੇ ਬੰਦੇ ਵਿਕ ਜਾਂਦੇ, ਪੈਸੇ ਲੈ ਜਾਂਦੇ ਮੂਹਰਲੇ, ਤੇ ਦੂਜੇ ਬਸ ਪਿੱਛੇ ਰਹਿ ਜਾਂਦੇ ਜੀ। ਠੀਕ ਹੈ ਠੀਕ ਹੈ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ। ਠੀਕ ਹੈ।